आजा बस कोई नहीं साथ लेके जा रहे ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਿਸਾਨਾਂ ਦੇ ਨੇਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਧੂ ਕੇ ਗੱਡੀ ਦੇ ਵਿੱਚ ਬਿਠਾ ਲਿਆ ਗਿਆ ਹੈ, ਵੈਨ ਦੇ ਵਿੱਚ, ਪੁਲਿਸ ਵੈਨ ਦੇ ਵਿੱਚ ਬਿਠਾ ਲਿਆ ਗਿਆ ਹੈ। ਕਿਸਾਨਾਂ ਦੇ ਨੇਤਾ ਨੂੰ, ਇਸੇ ਨੇਤੇ ਨੇ ਆਪਣੇ ਨਾਲ ਸਾਥੀਆਂ ਨੂੰ ਲਿਜਾ ਕੇ ਖਨੌਰੀ ਬਾਰਡਰ 'ਤੇ ਜਾਣਾ ਸੀ, ਖਨੌਰੀ ਬਾਰਡਰ 'ਤੇ ਜਾ ਕੇ ਪੰਜਾਬ ਤੋਂ ਆਏ ਕਿਸਾਨਾਂ ਦਾ ਸਾਥ ਦੇਣਾ ਸੀ, ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸ ਦਈਏ ਕਿ ਕਿਸਾਨ ਨੇਤਾ ਦਾ ਨਾਮ ਸੁਰੇਸ਼ ਕੌਥ ਰਵੀ ਆਜ਼ਾਦ ਦੱਸਿਆ ਜਾ ਰਿਹਾ ਹੈ, ਜਿਸ ਨੂੰ ਕਿ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ। ਖੇੜੀ ਚੌਪਟਾ ਜਾ ਰਹੇ ਸੀ, ਖੇੜੀ ਚੌਪਟਾ ਦੇ ਵਿੱਚ, ਜੋ ਕਿ ਹਰਿਆਣਾ ਦੇ ਅੰਦਰ ਪੈਂਦਾ ਹੈ, ਹਿਸਾਰ ਦੇ ਨੇੜੇ ਤੇੜੇ ਖੇੜੀ ਚੌਪਟਾ ਪੈਂਦਾ ਹੈ, ਤਾਂ ਖੇੜੀ ਚੌਪਟਾ ਦੇ ਵਿੱਚ ਜਾ ਕੇ ਇਹਨਾਂ ਕਿਸਾਨਾਂ ਦੇ ਵੱਲੋਂ ਭਾਰੀ ਇਕੱਠ ਕੀਤੇ ਜਾਣਾ ਸੀ, ਅਤੇ ਖੇੜੀ ਚੌਪਟਾ ਤੋਂ ਬਾਅਦ ਜਿਹੜੇ ਕਿਸਾਨ ਸੀ ਉਹਨਾਂ ਨੇ ਖਨੌਰੀ ਬਾਰਡਰ 'ਤੇ ਪੰਜਾਬ ਤੋਂ ਆਏ ਕਿਸਾਨਾਂ ਦਾ ਸਾਥ ਦੇਣਾ ਸੀ। ਕਿਸਾਨਾਂ ਦੀ ਪੰਚਾਇਤ ਸੀ ਜਿਹੜੀ ਵੱਡੀ, ਉਹਨਾਂ ਨੇ ਇਕੱਠੇ ਹੋ ਕੇ ਖਨੌਰੀ ਬਾਰਡਰ ਜਾਣਾ ਸੀ, ਪਰ ਪੁਲਿਸ ਨੇ ਉਸ ਤੋਂ ਪਹਿਲਾਂ ਹੀ ਇਸ ਕਿਸਾਨ ਨੇਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਸੁਰੇਸ਼ ਕੌਥ ਰਵੀ ਆਜ਼ਾਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ। ਦੇਖੋ ਕਿਵੇਂ ਪੁਲਿਸ ਧੂ ਕੇ ਲੈ ਗਈ ਹੈ। ਲਗਾਤਾਰ ਪੂਰੇ ਪੰਜਾਬ ਭਰ ਦੇ ਵਿੱਚ, ਹਰਿਆਣੇ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ, MSP ਦੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ, ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਹੋਰ ਵੀ ਕਈ ਅਪੀਲਾਂ ਕੀਤੀਆਂ ਜਾ ਰਹੀਆਂ ਨੇ। ਇਹਨਾਂ ਅਪੀਲਾਂ ਨੂੰ ਮਨਵਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਧਰਨੇ ਦਾ ਐਲਾਨ ਕੀਤਾ ਗਿਆ ਸੀ, ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਰਾਹ ਦੇ ਵਿੱਚ ਹੀ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ, ਇਹ ਦੋ ਬਾਰਡਰ ਐਸੇ ਨੇ ਜਿੱਥੇ ਕਿਸਾਨਾਂ ਨੂੰ ਪੁਲਿਸ ਨੇ ਰੋਕ ਲਿਆ, ਅਥਰੂ ਗੈਸ ਦੇ ਗੋਲੇ ਵਰਸਾ ਕੇ, ਪਾਣੀ ਦੀਆਂ ਵਿਛਾੜਾਂ ਮਾਰ ਕੇ ਕਿਸਾਨਾਂ ਨੂੰ ਰੋਕ ਲਿਆ। ਤਾਂ ਹੁਣ ਹਰਿਆਣੇ ਦੇ ਵਿੱਚੋਂ ਇਹ ਕਿਸਾਨ ਉਹਨਾਂ ਕਿਸਾਨਾਂ ਦਾ ਸਾਥ ਦੇਣ ਜਾ ਰਹੇ ਸੀ। ਇਹਨਾਂ ਨੇ ਪਹਿਲਾਂ ਜਾ ਕੇ ਖੇੜੀ ਚੌਪਟਾ ਦੇ ਵਿੱਚ ਇਕੱਠਾ ਹੋਣਾ ਸੀ, ਟਰੈਕਟਰਾਂ ਦੀ ਰੈਲੀ ਕੱਢ ਕੇ ਜਾ ਰਹੇ ਸੀ, ਤਾਂ ਰਾਹ ਦੇ ਵਿੱਚ ਪੁਲਿਸ ਨੇ ਕਿਸਾਨ ਨੇਤਾ ਸੁਰੇਸ਼ ਕੌਥ ਰਵੀ ਆਜ਼ਾਦ ਨੂੰ ਰੋਕਿਆ, ਧੱਕਾ ਮੁੱਕੀ ਕੀਤੀ ਅਤੇ ਹਿਰਾਸਤ ਦੇ ਵਿੱਚ ਲੈ ਲਿਆ। ਇਹ ਤਾਂ ਵੱਡੀ ਖਬਰ ਹੈ, ਹਿਸਾਰ ਤੋਂ ਸਾਹਮਣੇ ਆ ਰਹੀ ਹੈ। ਗੁਆਂਢੀ ਸੂਬਾ ਹਰਿਆਣਾ ਜਿਹਦਾ ਇਲਾਕਾ ਇਹ ਹਿਸਾਰ, ਖੇੜੀ ਚੌਪਟਾ ਦੇ ਵਿੱਚ ਕਿਸਾਨ ਨੇਤਾ ਲੋਕਾਂ ਨੂੰ ਇਕੱਠੇ ਕਰਕੇ, ਕਿਸਾਨਾਂ ਨੂੰ ਇਕੱਠਾ ਕਰਕੇ ਜਾ ਰਹੇ ਸੀ, ਜਿੱਥੋਂ ਇਹਨਾਂ ਨੇ ਖਨੌਰੀ ਬਾਰਡਰ ਜਾਣਾ ਸੀ, ਜਿੱਥੇ ਪੰਜਾਬ ਦੇ ਕਿਸਾਨ ਪਹਿਲਾਂ ਹੀ ਧਰਨਾ ਲਾ ਕੇ ਬੈਠੇ ਨੇ ਅਤੇ ਪੁਲਿਸ ਦੇ ਨਾਲ ਰੋਜ਼ਾਨਾ ਮੁੱਠਭੇੜ ਚੱਲਦੀ ਹੈ ਉਹਨਾਂ ਦੀ, ਤਾਂ ਉਹਨਾਂ ਦਾ ਸਾਥ ਦੇਣ ਜਾਣਾ ਸੀ ਇਹਨਾਂ ਨੇ, ਪਰ ਹਰਿਆਣਾ ਪੁਲਿਸ ਦੇ ਵੱਲੋਂ ਇਹਨਾਂ ਨੂੰ ਪਹਿਲਾਂ ਹੀ ਡਿਟੇਨ ਕਰ ਲਿਆ ਗਿਆ, ਗ੍ਰਿਫ਼ਤਾਰ ਕਰ ਲਿਆ ਗਿਆ। ਦੇਖ ਹੀ ਸਕਦੇ ਹੋ ਕਿ ਕਿਵੇਂ ਪੁਲਿਸ ਧੂ ਕੇ ਲੈ ਗਈ ਹੈ ਕਿਸਾਨ ਨੇਤਾ ਸੁਰੇਸ਼ ਕੌਥ ਰਵੀ ਆਜ਼ਾਦ ਨੂੰ।